ਸ੍ਰੀ ਕਾਲ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਲਓ ਜੀ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਅੰਬ ਦੇ ਆਚਾਰ ਦੀ ਰੈਸਪੀ ਤੇ ਆਸ਼ਾ ਕਰਦੀ ਆਂ ਤੁਸੀਂ ਇਹ ਰੈਸਪੀ ਅੰਤ ਤੱਕ ਜਰੂਰ ਦੇਖੋਗੇ। ਦੇਖਣ ਤੋਂ ਬਾਅਦ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸੋਗੇ ਜੀ। ਲਓ ਜੀ ਆਚਾਰ ਪਾਉਣ ਵਾਸਤੇ ਆਪਾਂ ਅੰਬੀਆਂ ਲੈ ਲਈਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਮੂੰਹ ਵਾਲੀ ਸਾਈਡ ਹਲਕਾ ਜਿਹਾ ਕੱਟ ਵੀ ਲਾ ਲਿਆ ਆ। ਤੇ ਇਹਨਾਂ ਨੂੰ ਹੁਣ ਆਪਾਂ ਸੁਕਾਉਣ ਵਾਸਤੇ ਚਾਦਰ ਤੇ ਫਲਾ ਦਾਂਗੇ ਤਾਂ ਕਿ ਇਹਨਾਂ 'ਚ ਬਿਲਕੁਲ ਨਮੀ ਨਾ ਰਵੇ। ਤੇ ਇਧਰ ਆਪਾਂ ਆਚਾਰ ਅੰਬੀਆਂ ਕੱਟਣ ਵਾਸਤੇ ले ले जी ਟੋਕਾ ਟੋਕੇ ਨੂੰ ਚੰਗੀ ਤਰ੍ਹਾਂ ਧੋ ਲੈਣਾ ਮਿੱਟੀ ਰੇਤਾ ਵਗੈਰਾ ਨਾਰਵੇ ਤੇ ਸੁਕਾ ਲੈਣਾ ਚੰਗੀ ਤਰ੍ਹਾਂ ਤੇ ਹਾਂਜੀ ਅੰਬੀਆਂ ਜਿਹੜੀਆਂ ਬਿਲਕੁਲ ਆਪਣੀਆਂ ਸੁੱਕ ਗਈਆਂ ਸਾਫ਼ ਸੁਥਰੀਆਂ ਤੇ ਹੁਣ ਇਹਨਾਂ ਦੇ ਪੀਸ ਕੱਟ ਰਹੇ ਹਸਬੰਡ ਮੇਰੇ ਹੈਲਪ ਕਰ ਰਹੇ ਆ ਤੇ ਮੰਮੀ ਹੈਲਪ ਕਰ ਰਹੇ ਸਿਗੇ ਇਹਨਾਂ ਦੀਏ ਗਿਟ ਕੱਟਣ ਵਾਸਤੇ ਤੇ ਅਸੀਂ ਇਹਨੂੰ ਥੋੜਾ ਮੀਡੀਅਮ ਜੇ ਸਾਈਜ਼ ਵਿੱਚ ਕੱਟ ਲੈਨੇ ਜਿਵੇਂ 4 ਪੀਸ ਕਰ ਲੈਨੇ ਇੱਕ ਅੰਬੀ ਦੇ ਤੇ ਕਿਉਂਕਿ ਜਿਹੜਾ ਵੱਡਾ ਪੀਸ ਹੁੰਦਾ ਫਿਰ ਉਹ ਵੇਸਟ ਹੋ ਜਾਂਦਾ ਕਈ ਵਾਰ ਛੋਟੇ ਬੱਚੇ ਜਿਹੜੇ ਐਡਾ ਪੀਸ ਖਾਂਦੇ ਨੇ achar ਦਾ ਤੇ ਇਸ ਕਰਕੇ ਮੀਡੀਅਮ ਸਾਈਜ਼ ਦੇ ਪੀਸ ਕੱਟ ਲਏ ਆ ਤੇ ਇਹਨਾਂ ਦੇ ਵਿੱਚ ਇੱਕ ਹੁੰਦਾ ਹੈ ਜੀ ਬਟਰ ਪੇਪਰ ਦੀ ਤਰ੍ਹਾਂ ਜਾਲੀ ਜੀ ਹੁੰਦੀ ਆ ਤੇ ਉਹ ਜਿਹੜੀ ਹਲਕੀ ਜੀ ਉਹ ਕੱਢ ਲਈ ਆ ਕਿਉਂਕਿ ਉਸ ਤੇ ਕਾਰਨ ਜਿਹੜਾ ਆ ਖਰਾਬ ਹੋ ਜਾਂਦਾ achar ਤੇ ਉਹ ਆਪਾਂ ਕੱਢ ਲਈ ਆ ਤੇ ਇਧਰੇ ਇਧਰੀਆਂ ਗਟਕਾਂ ਵੀ ਦੇਖੋ ਕਿੰਨੀਆਂ ਸਾਲੀਆਂ ਨਿਕਲ ਗਈਆਂ 8 ਕਿਲੋ ਦੇ ਵਿੱਚੋਂ 1/2 ਕਿਲੋ ਗਟਕਾ ਨਿਕਲ ਗਈਆਂ ਤੇ ਇਹ achar tolya 7.5 ਕਿਲੋ ਜਿਹੜਾ ਆ ਰਹਿ ਗਿਆ ਆ ਤੇ ਹੁਣ ਇਸ ਵਿੱਚ ਨੂਨ ਤੇ ਹਲਦੀ ਜਿਹੜੀ ਆ ਉਹ ਪਾ ਰਹੇ ਆ ਹਲਦੀ ਲੈ ਲਈ ਆ ਇੱਕ ਛੋਟੀ ਕੋਲੀ ਤੇ ਹਲਦੀ ਪਾਉਣ ਦੇ ਨਾਲ ਜਿਹੜੀ ਇਹਦੀ ਖਟਾਸ ਹੈ achar ਦੀ ਉਹ ਨਿਕਲ ਜਾਂਦੀ ਆ ਥੋੜੀ ਰਹਿ ਜਾਂਦੀ ਆ ਤੇ ਜਿਹੜਾ ਨੂਨ ਹੈ ਉਹਦੇ ਨਾਲ ਇਹਦਾ ਜਿਹੜਾ ਰਸ ਹੁੰਦਾ ਅੰਬਿਆਂ ਦੇ ਵਿੱਚ ਉਹ ਨਿਕਲ ਜਾਂਦਾ ਹੈ ਜਿਸ ਨਾਲ ਕਿ ਆਪਣਾ ਆਚਾਰ ਜਿਹੜਾ ਫਿਰ ਖਰਾਬ ਨਹੀਂ ਹੁੰਦਾਗਾ ਤੇ ਇਸ ਕਰਕੇ ਹਲਦੀ ਤੇ ਲੂਣ ਚੰਗੀ ਤਰਾ ਪਾ ਲਿਆ ਹੈ ਤੇ ਹੁਣ ਇਸ ਨੂੰ ਚੰਗੀ ਤਰਾ ਮਿਲਾ ਰਹੇ ਹਾਂ ਜਿਬਦਾ ਕਿ ਆਪਣੇ ਪੰਜਾਬੀ ਦੇ ਵਿੱਚ ਕਹਿ ਦਿੰਦੇ ਵੀ ਝਸ ਰਹੀ ਹੈ ਚੰਗੀ ਤਰਾ ਵੀ ਇਹ ਮਿਕਸ ਹੋ ਜਵੇ ਚੰਗੀ ਤਰਾ ਮਸਾਲੇ ਜਿਹੜੇ ਪਾਏ ਆ ਉਸ ਤੋਂ ਬਾਅਦ ਜੀ ਅਸੀਂ ਇੱਕ ਬਾਲਟੀ ਦੇ ਵਿੱਚ ਕੱਢ ਲਿਆ ਤੇ ਇਸ ਨੂੰ 2 ਦਿਨ ਵਾਸਤੇ ਇਦਾਂ ਹੀ ਹਿਲਾਉਣਾ ਆ ਤਾਂ ਕਿ ਜਿਹੜਾ ਅੰਬਿਆਂ ਦਾ ਰਸ ਆ ਜਿਹੜੀ ਨਮੀ ਹੁੰਦੀ ਹੈ ਇਸ ਵਿੱਚ ਜੂਸ ਹੁੰਦਾ ਅੰਬਿਆਂ ਦਾ ਉਹ ਬਿਲਕੁਲ ਨਿਕਲ ਜਵੇ ਕਿਉਂਕਿ ਜੇ ਫਿਰ ਜੂਸ ਰਹਿ ਜਾਂਦਾ ਤੇ ਫਿਰ ਆਚਾਰ ਜਿਹੜਾ ਆ ਉਹ ਆਪਣਾ ਸਾਲ ਭਰ ਨਹੀਂ ਚੱਲਦਾ ਖਰਾਬ ਹੁੰਦਾ ਡਰ ਰਹਿੰਦਾ ਆ ਤੇ ਇਸ ਕਰਕੇ ਮੈਂ ਇਸ ਨੂੰ 2 ਦਿਨ ਤੱਕ ਪੂਰੀ ਤਰ੍ਹਾਂ ਹਲਾਇਆ ਤੇ ਇਹਦਾ ਜਿਹੜਾ ਰਸ ਆ ਉਹ ਬਿਲਕੁਲ ਥੱਲੇ ਬੈਠ ਗਿਆ ਆ ਤੇ 2 ਦਿਨਾਂ ਤੋਂ ਬਾਅਦ ਜੀ ਆਪਾਂ ਇਹ ਕੜਾਈ ਰੱਖ ਲਈ ਐ ਤੇ ਕੜਾਈ ਦੇ ਵਿੱਚ ਰੱਖ ਲਈ ਐ ਛਾਣਨੀ ਤਾਂ ਕਿ ਜਦੋਂ ਆਪਾਂ ਇਸ ਨੂੰ ਆਚਾਰ ਨੂੰ ਪਉਣਾ ਹੈ ਤੇ ਸਾਰਾ ਰਸ ਜਿਹੜਾ ਉਹ ਕੜਾਈ ਦੇ ਵਿੱਚ ਚਲ ਜੇ ਤੇ ਵੇਸਟ ਨਾ ਹੋਵੇ ਕਿਉਂਕਿ ਜਿਹੜਾ ਰਸ ਇਹ ਹੀ ਖੱਟਾ ਜਿਹਾ ਹੁੰਦਾ ਆ ਤਾਂ ਫਿਰ ਇਹ ਆਪਣੇ ਕੀ ਕੰਮ ਆ ਸਕਦਾ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਦੇਖੋ ਕਿੰਨਾ ਸਾਰਾ ਰਸ ਹੈ ਜਿਹੜਾ ਨਿਕਲ ਰਿਹਾ ਆ ਇਹ ਰਸ ਦੇ ਵਿੱਚ ਆਪਾਂ ਜੀ ਪਸ਼ੂਆਂ ਦਾ ਦਾਣਾ ਭੇਜ ਸਕਦੇ ਆ ਜਾਂ ਜਿਵੇਂ ਕਿ ਸੰਨੀ ਵਗੈਰਾ ਰਲੋਣੀ ਆ ਤੇ ਉਸ ਵਿੱਚ ਵੀ ਪਾ ਸਕਦੇ ਪਸ਼ੂ ਵੀ ਇਸ ਨੂੰ ਬੜੇ ਸ਼ੌਂਕ ਨਾਲ ਖਾ ਲੈਂਦੇ ਆ ਕਿਉਂਕਿ ਇਹ ਕਰਾਰਾ ਜਿਹਾ ਹੁੰਦਾ ਹੈ ਤੇ ਲੋ ਜੀ ਇੱਥੇ ਆਪਾਂ ਜਿਹੜਾ ਆ ਪੁੰਨ ਲਿਆ ਆ ਦੇਖੋ ਕਿੰਨਾ ਰਸ ਜਿਹੜਾ ਨਿਕਲ ਗਿਆ ਆ ਤੇ ਇਹਨੂੰ ਹਲਾ ਹਲਾ ਕੇ ਬਿਲਕੁਲ ਐਸ ਤਰ੍ਹਾਂ ਕਰ ਲੈਣਾ ਕਿ ਇਸ ਵਿੱਚ ਰਸ ਨਾ ਰਹੇ ਜਿਵੇਂ ਕਿ ਕਿ ਬਾਅਦ ਚ ਫਿਰ ਜਦੋਂ ਆਪਾਂ ਇਹਨੂੰ ਸੁੱਕਣਾ ਪਾਵਾਂਗੇ ਤੇ ਫਿਰ ਐ ਹੁੰਦਾ ਹੈ ਕਿ ਜਿੱਤੇ ਵੀ ਜਿਸ ਵਿੱਚ ਚਾਦਰ ਤੇ ਜਾਂ ਮੰਜੇ ਵਗੈਰਾ ਤੇ ਪਾ ਲੈਨੇ ਤੇ ਉਹ ਖਰਾਬ ਨਾ ਹੋਵੇ ਇਸ ਕਰਕੇ ਬਿਲਕੁਲ ਇਹਦਾ ਰਸ ਜਿਹੜਾ ਆਪਾਂ ਕੱਢ ਲਿਆ ਆ ਤੇ ਸਾਰੀਆਂ ਅੰਬੀਆਂ ਨੂੰ ਹੁਣ ਮੈਂ ਇੱਕ ਮੰਜੇ ਦੀ ਧੋਣ ਦੇ ਉੱਤੇ ਸੁੱਤੀ ਕੱਪੜੇ ਦੇ ਉੱਤੇ ਖਲਾਰਤਾ ਹੈ ਤਾਂ ਕਿ ਜਿਹੜਾ ਹਲਕਾ ਫੁਲਕਾ ਰਸ ਹੈ ਦਾ ਉਹ ਨਿਕਲ ਜੇ ਉਸ ਤੋਂ ਬਾਅਦ ਜੀ ਇਹ ਚਾਦਰ ਤੇ ਕਿਉਂਕਿ ਮੰਜੇ ਤੇ ਆਪਣੀ ਚਾਦਰ ਵਗੈਰਾ ਲੱਗੀ ਹੁੰਦੀ ਆ ਫਿਰ ਜੇ ਅੰਬੀਆਂ ਦੇ ਵਿੱਚ ਰਸ ਵਗੈਰਾ ਰਹਿ ਜਾਊਗਾ ਤਾਂ ਫਿਰ ਚਾਦਰ ਵਗੈਰਾ ਖਰਾਬ ਹੋਣ ਦਾ ਡਰ ਰਹਿੰਦਾ ਇਸ ਕਰਕੇ ਆਪਾਂ ਪਹਿਲਾਂ ਪੂਰੀ ਤਰ੍ਹਾਂ ਨਿਚੋੜ ਲਈ ਇਹ ਤੇ ਹੁਣ ਮੈਂ ਇਸ ਨੂੰ ਖਲਾਰ ਦਿੰਨੀ ਆ ਜੇ ਤਾਂ ਆਪਣੇ ਕੋਲ ਧੁੱਪ ਹੁੰਦੀ ਹੈ ਤੇ ਆਪਾਂ ਨੂੰ ਘੰਟਾਕ ਬਹੁਤ ਹੁੰਦਾ ਪਰ ਅੱਜ ਜਿਹੜਾ ਮੌਸਮ ਠੰਡਾ ਥੋੜਾ ਜਿਹਾ ਧੁੱਪ ਘੱਟ ਸੀਗੀ ਤੇ ਇਸ ਕਰਕੇ ਇਹਨੂੰ 2 ਘੰਟੇ ਵਾਸਤੇ ਮੈਂ ਹਵਾ ਦੇ ਵਿੱਚ ਰੱਖਤਾ ਚੰਗੀ ਤਰ੍ਹਾਂ ਖਲਾਰਤਾ ਤੇ ਦੇਖੋ 2 ਘੰਟੇ ਤੋਂ ਬਾਅਦ ਇਹ ਥੋੜਾ ਜਿਹਾ ਹਲਕਾ ਜਿਹਾ ਰੰਗ ਵੀ ਬਦਲ ਗਿਆ ਤੇ ਬਿਲਕੁਲ ਨਮੀ ਜਿਹੜੀ ਹੈ ਉਹ ਇਹਨਾਂ 'ਚ ਰਹੀ ਨਹੀਂ ਗਈ ਇਸ ਤਰ੍ਹਾਂ ਆਪਣਾ achar ਬਹੁਤ ਜ਼ਿਆਦਾ ਵਧੀਆ ਤੇ ਟੇਸਟੀ ਬਣ ਜਾਂਦਾ ਆ ਤੇ ਬਿਲਕੁਲ ਵੀ ਖਰਾਬ ਹੋਣ ਦਾ ਡਰ ਨਹੀਂ ਰਹਿੰਦਾ ਤੇ ਹੁਣ ਇਸ ਨੂੰ 2 ਘੰਟੇ ਤੋਂ ਬਾਅਦ ਮੈਂ ਹਵਾ ਲਵਾਉਣ ਤੋਂ ਬਾਅਦ ਇਸ ਨੂੰ ਕਰ ਲਿਆ ਇਕੱਠਾ ਤੇ ਹੁਣ ਆਪਾਂ ਤਿਆਰੀ ਕਰਾਂਗੇ ਇਸ ਵਿੱਚ ਮਸਾਲੇ ਪਾਉਣ ਦੀ ਜਿਸ ਵਾਸਤੇ ਮੈਂ ਫਰਾਈਪਨ ਨੂੰ ਜਿਹੜਾ ਗਰਮ ਕਰ ਲਿਆ ਆ ਤੇ ਹਲਕਾ ਜਿਹੜੀ ਸਿਮ ਜਿਹੜੀ ਆ ਗੈਸ ਚਲਾ ਰੱਖਿਆ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਕਿਹੜੇ ਕਿਹੜੇ ਮਸਾਲੇ ਆ ਜਿਹੜਾ ਆਪਾਂ ਲੈ ਰਹੇ ਆ ਸਭ ਤੋਂ ਪਹਿਲਾਂ ਲਈ ਆ ਜੀ ਮੋਟੀ ਦਾਣੇਦਾਰ ਸੌਫ ਤੇ ਇਹਨੂੰ ਆਪਾਂ ਹਲਕਾ ਜਿਹਾ ਸੇਕ ਲਵਾ ਲੈਣਾ ਹੈ ਤਾਂ ਕਿ ਇਸ ਵਿੱਚ ਨਮੀ ਵਗੈਰਾ ਨਾ ਰਹੇ ਬਿਲਕੁਲ ਵੀ ਜਿੰਨੇ ਵੀ ਮਸਾਲੇ ਆ ਉਹਨਾਂ ਨੂੰ ਹਲਕਾ ਰੋਸਟ ਕਰ ਲੈਣਾ ਹੈ ਤੇ ਸੌਫ ਨੂੰ ਆਪਾਂ ਹਲਕਾ ਰੋਸਟ ਕਰ ਲਿਆ ਹੈ ਤੇ ਇਸ ਤੋਂ ਬਾਅਦ ਇਸ ਨੂੰ ਕੱਢ ਲਿਆ ਇੱਕ ਥਾਲੀ ਦੇ ਵਿੱਚ ਤੇ ਬਾਕੀ ਜਿਹੜੇ ਮਸਾਲੇ ਆ ਉਹ ਵੀ ਆਪਾਂ ਹਲਕੇ ਜਿਹੇ ਰੋਸਟ ਕਰਨੇ ਆ ਰੰਗ ਨਹੀਂ ਬਦਲਣਾ ਚਾਹੀਦਾ ਬਸ ਇਹਨਾਂ ਦੀ ਨਮੀ ਜਿਹੜੀ ਆ ਉਹ ਨਹੀਂ ਰਹਿਣੀ ਚਾਹੀਦੀ ਇਹ ਲੈ ਲਈਆਂ ਜੀ 2 टीस्पून ਆਪਾਂ ਜੜੀਆ ਕਾਲੀਆਂ ਮਿਰਚਾਂ ਤੇ ਇਹ ਲੈ ਲਿਆ ਪੀਲੀ ਸਰੋ ਤੇ ਇਸ ਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਆ ਇਹ ਲਈ ਆ ਜੀ ਮੈਂ 50 ਗ੍ਰਾਮ ਕਿਉਂਕਿ ਇਹ ਵੀ ਆਪਾਂ ਮੇਥੇ ਲੈ ਲਿਆ ਸਾਬਤੇ ਤੇ ਇਹ ਵੀ ਲਈ ਆ ਮੈਂ 50 ਗ੍ਰਾਮ ਤੇ ਉਸ ਤੋਂ ਬਾਅਦ ਜੀ ਇਹ ਲਈ ਆ ਕਲੌਂਜੀ ਤੇ ਕਲੌਂਜੀ ਲਈ ਆ ਇਹ ਵੀ 50 ਗ੍ਰਾਮ ਲਈ ਆ ਜੀ ਤੇ ਕੁਝ ਤਾਂ ਵੀ ਆਪਦੇ ਅਕੋਰਡਿੰਗ ਜਿਸ ਨੂੰ ਜ਼ਿਆਦਾ ਮਸਾਲਾ ਵਧੀਆ ਹੁੰਦਾ ਉਹ ਥੋੜਾ ਜ਼ਿਆਦਾ ਵੀ ਪਾ ਲੈਂਦੇ ਆ ਪਰ ਆਪਾਂ ਥੋੜਾ ਜਿਹਾ ਘੱਟ ਹੀ ਰੱਖਦੇ ਆ ਜਾਦਾ ਮਸਾਲਾ ਨਹੀਂ ਪਸੰਦ ਕਰਦੇ ਆ ਉਸ ਤੋਂ ਬਾਅਦ ਦੀ 2 ਚਮਚ ਲੈ ਲਿਆ ਇਹ ਸਾਬਤ ਧਨੀਆ ਇਹਨੂੰ ਵੀ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਸਾਰੇ ਮਸਾਲੇ ਜਿਹੜੇ ਆਪਾਂ ਹਲਕੇ ਜਿਹਾ ਰੋਸਟ ਕਰ ਲਏ ਹੁਣ ਥੋੜੇ ਜਿਹਾ ਠੰਡੇ ਹੋਣ ਵਾਸਤੇ ਰੱਖੇ ਆ ਇਸ ਤੋਂ ਬਾਅਦ ਆਪਾਂ ਮਿਕਸੀ ਦੇ ਵਿੱਚ ਦਰਦਰੇ ਇਹ ਪੀ ਲੈਣੇ ਆ ਜਿਆਦਾ ਪਾਊਡਰ ਨਹੀਂ ਬਣਾਉਣਾ ਤੇ ਉਸ ਤੋਂ ਬਾਅਦ ਉਸੇ ਫਰਾਈਪਨ ਦੇ ਵਿੱਚ ਆਪਾਂ ਇੱਕ ਕੱਪ ਸਰੋਂ ਦੇ ਤੇਲ ਦਾ ਪਾ ਲਿਆ ਹੈ ਤੇ ਇਹ ਸਰੋਂ ਦਾ ਤੇਲ ਜਿਹੜਾ ਆ ਇਹ ਮਸਾਲੇ ਜਿਹੜੇ ਆਪਾਂ ਆਚਾਰ ਦੇ ਵਿੱਚ ਪਾਉਣੇ ਆ ਤੇ ਉਸ ਨੂੰ ਮਿਕਸ ਕਰਨ ਵਾਸਤੇ ਇਹ ਲੈਣਾ ਹੈ ਜਾਨੀ ਕਿ ਇਹ ਤੇਲ ਜਿਹੜਾ ਆ ਆਪਾਂ ਉਹ ਆਚਾਰ ਦੇ ਵਿੱਚ ਚਸਨਾਇਆ ਚੰਗੀ ਤਰ੍ਹਾਂ ਜਿਸ ਨਾਲ ਸਾਰੇ ਜਿਹੜੇ ਮਸਾਲੇ ਉਹ ਮਿਕਸ ਹੋ ਜਾਣਗੇ ਤੇ ਤੇਲ ਆਪਣਾ ਕਲਕ ਗਿਆ ਤੇ ਹੁਣ ਇਸ ਕਲਕੇ ਹੋਏ ਤੇਲ ਦੇ ਵਿੱਚ ਆਪਾਂ ਪਾਉਣੇ ਆ 2 ਵੱਡੇ ਚਮਚ ਜਿਹੜੇ ਆ ਦੇਗੀ ਮਿਰਚ ਦੇ ਇਸ ਦੇ ਨਾਲ ਆਚਾਰ ਦਾ ਰੰਗ ਬਹੁਤ ਸੋਹਣਾ ਆਉਂਦਾ ਤੇ ਟੇਸਟ ਵੀ ਬਹੁਤ ਵਧੀਆ ਆ ਜਾਂਦਾ ਤੇ ਇਸ ਨੂੰ ਚੰਗੀ ਤਰ੍ਹਾਂ ਕਾੜ ਕੇ ਠੰਡਾ ਹੋਣ ਵਾਸਤੇ ਰੱਖ ਦੇਣਾ ਹੈ ਤੇ ਇਧਰ ਜਿਹੜਾ ਆਪਣਾ ਆਚਾਰ ਸੀ ਦੇਖੋ ਜੀ ਪੀਸ ਕਿੰਨੇ ਸੋਹਣੇ ਵਧੀਆ ਬਿਲਕੁਲ ਵੀ ਨਮੀ ਨਹੀਂ ਡਰਾਈ ਡਰਾਈ ਬਹੁਤ ਹੀ ਵਧੀਆ ਲੱਗ ਰਿਹਾ ਤੇ ਰੰਗ ਵੀ ਆਚਾਰ ਦਾ ਬੜਾ ਸੋਹਣਾ ਲੱਗ ਰਿਹਾ ਹੈ ਆ ਇਹ ਆਚਾਰ ਜੀ ਮੈਂ ਕੱਢ ਲਿਆ ਦੋ ਭਾਂਡੇ ਦੇ ਵਿੱਚ ਕਿਉਂਕਿ ਮੇ ਕੋ ਵੱਡਾ ਭਾਂਡਾ ਹੈ ਨਹੀਂ ਸੀਗਾ ਫਿਰ ਇਸ ਵਿੱਚ ਚੰਗੀ ਤਰ੍ਹਾਂ ਮਸਾਲੇ ਮਿਕਸ ਕਰਨੇ ਆ ਤਾਂ ਫਿਰ ਔਖੇ ਹੋ ਜਾਂਦੇ ਆ ਤੇ ਇਹ ਲੈ ਲਿਆ ਜੀ ਇੱਕ ਚਮਚ ਹਿੰਗ ਦਾ ਜਿਹਦੇ ਨਾਲ ਆਚਾਰ ਦਾ ਟੇਸਟ ਬਹੁਤ ਵਧੀਆ ਆ ਜਾਂਦਾ ਤੇ ਦੋਨਾਂ ਦੇ ਵਿੱਚ ਮੈਂ ਅੱਧਾ-ਅੱਧਾ ਚਮਚ ਪਾ ਲਿਆ ਆ ਤੇ ਇਸ ਤੋਂ ਬਾਅਦ ਜੀ ਮੈਂ ਲੈ ਲਿਆ ਇੱਕ ਚਮਚ ਕਾਲੀ ਜਿਹੜਾ ਮਿਰਚ ਹੁੰਦਾ ਕਾਲੀ ਲੂਣ ਮਿਰਚ ਹੁੰਦੀ ਆ ਉਹ ਲੈ ਲਿਆ ਆ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਸਾਰੇ ਮਸਾਲੇ ਦਰਦਰੇ ਪੀਸੇ ਸੀਗੇ ਇਹ ਵੀ ਪਾ ਲੈਣੇ ਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਨਾ ਆ ਤੇ ਮਸਾਲਿਆਂ ਦੀ ਜਿਹੜੀ ਖੁਸ਼ਬੂ ਬਹੁਤ ਹੀ ਵਧੀਆ ਆ ਰਹੀ ਹੈ ਤੇ ਆਪਣਾ ਆਚਾਰ ਬਣੂਗਾ ਬਹੁਤ ਵਧੀਆ ਪੂਰਾ ਸਾਲ ਵਾਸਤੇ ਜਿਹੜਾ ਇਹ ਸੇਵ ਕਰਕੇ ਆਪਾਂ ਰੱਖ ਸਕਦੇ ਆ ਵਧੀਆ ਤਰੀਕੇ ਨਾਲ ਤੇ ਹਾਂਜੀ ਜਿਹੜਾ ਆਪਾਂ ਤੇਲ ਸੀਗਾ ਉਹ ਵੀ ਠੰਡਾ ਹੋ ਗਿਆ ਆ ਦੇਖੋ ਇਹਦਾ ਰੰਗ ਕਿੰਨਾ ਵਧੀਆ ਲੱਗ ਰਿਹਾ ਆ ਤੇ ਇਸੇ ਦੇ ਨਾਲ ਹੀ ਆਚਾਰ ਦਾ ਰੰਗ ਵੀ ਬਹੁਤ ਸੋਹਣਾ ਹੋਣਾ ਤੇ ਇਹਨੂੰ ਵੀ ਥੋੜਾ ਥੋੜਾ ਕਰਕੇ ਸਾਰੇ ਆਚਾਰ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਕਿਉਂਕਿ ਇਸ ਦੇ ਨਾਲ ਫਿਰ ਜਦੋਂ ਆਪਾਂ ਇਸ ਨੂੰ ਚੰਗੀ ਤਰ੍ਹਾਂ ਆਚਾਰ ਦੇ ਵਿੱਚ ਛੱਸਾਂਗੇ ਤਾਂ ਫਿਰ ਸਾਰੇ ਮਸਾਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਕਿਉਂਕਿ ਮਸਾਲੇ ਦਰਦਰੇ ਪੀਸੇ ਆ ਨਹੀਂ ਤਾਂ ਫਿਰ ਉਹ ਥੱਲੇ بیٹھ ਜਾਂਦੇ ਹਨਾ ਪੂਰੇ ਆਚਾਰ ਦੇ ਵਿੱਚ ਮਿਕਸ ਨਹੀਂ ਹੁੰਦੀ ਹੁਣ ਤੇਲ ਦਾ ਹੱਥ ਲੱਗ ਜੂਗਾ ਤੇ ਸਾਰੇ ਮਚਲ ਮਸਾਲੇ ਆ ਜਿਹੜੇ ਉਹ ਬਿਲਕੁਲ ਫਾੜੀਆਂ ਤੇ ਲੱਗ ਜਾਣਗੇ ਤੇ ਵਧੀਆ ਆਪਣਾ ਅਚਾਰ ਆ ਜੇ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਹੁਣ ਆਪਾਂ ਇਸ ਨੂੰ ਪਾਉਣਾ ਹੈ ਕਿਸੇ ਭਾਂਡੇ ਦੇ ਵਿੱਚ ਤੇ ਉਸ ਵਾਸਤੇ ਇਹ ਲਿਆਇਆ ਘੜਾ ਜਿਵੇਂ ਕਿ ਪਹਿਲਾਂ ਟਾਈਮ ਦੇ ਵਿੱਚ ਇਸ ਮਿੱਟੀ ਦੇ ਘੜੇ ਦੇ ਵਿੱਚ ਹੀ ਪਾਉਂਦੇ ਹੁੰਦੇ ਸੀ ਅਚਾਰ ਤੇ ਆਪਾਂ ਵੀ ਇਹੀ ਘੜਾ ਲੈ ਆ ਰੱਖਿਆ ਇਸ ਵਿੱਚ ਅਚਾਰ ਪਾ ਲਈਦਾ ਜਾਂ ਜਿਵੇਂ ਪਾਉਂਦੇ ਹੁੰਦੇ ਸੀ ਮਰਤਬਾਨਾਂ ਦੇ ਵਿੱਚ ਚੀਨੀ ਦੇ ਜਿਹੜੇ ਮਰਤਬਾਨ ਆਉਂਦੇ ਉਹਨਾਂ ਵਿੱਚ ਪਾਉਂਦੇ ਹੁੰਦੇ ਸੀਗੇ ਤੇ ਇਹ ਘੜਾ ਵੀ ਮੈਂ ਚੰਗੀ ਤਰ੍ਹਾਂ ਧੋ ਲਿਆ ਬਿਲਕੁਲ ਨਵੀਂ ਰੱਖੀ ਤੁੱਪਲ ਵਾਲੀ 2-3 ਘੰਟੇ ਪਰ ਇਸ ਵਿੱਚ ਸਗੀ ਜੀ ਇੱਕ ਥੋੜ੍ਹ ਹਲਕੀ ਜੀ ਮੋਰੀ ਜਿਸ ਵਾਸਤੇ ਮੈਂ ਸੀਮੈਂਟ ਲਾ ਲਿਆ ਇਸ ਕਰਕੇ ਸੁੱਕਣ ਵਾਸਤੇ ਰੱਖਤਾ ਤੇ ਹੁਣ ਮੈਂ ਪਾ ਰਹੀ ਸੀਗੀ ਬਾਲਟੀ ਚ ਇਸ ਬਾਲਟੀ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫਿਰ ਬਾਅਦ ਵਿੱਚ ਜੇ ਖੜਾਸਾ ਹੀ ਹੋ ਜਾਊਗਾ ਤਾਂ ਉਸ ਵਿੱਚ ਪਾ ਲਾਂਗੇ ਕਿਉਂਕਿ ਮਿੱਟੀ ਦੇ ਭਾਂਡੇ ਦੇ ਵਿੱਚ ਅਚਾਰ ਤਾਂ ਸਭ ਤੋਂ ਵਧੀਆ ਰਹਿੰਦਾ ਆ ਤੇ ਹੁਣ ਮੈਂ ਪਾ ਰਹੀ ਸੀਗੀ ਇਸ ਵਿੱਚ ਤੇ ਸਾਰਾ ਅਚਾਰ ਜਿਹੜਾ ਇਸ ਵਿੱਚ ਪਾ ਕੇ ਉਸ ਤੋਂ ਬਾਅਦ ਜੀ ਕਾਲੂ ਇਸ ਵਿੱਚ ਪੋਣਾਇਆ ਤੇਲ ਕਲਕਾ ਕੇ ਅੱਜ ਆਪਣੇ ਕੋਲੇ ਇੰਨਾ ਤੇਲ ਹੈ ਨਹੀਂ ਸੀ ਕਿਉਂਕਿ ਤੇਲ ਕਢਾਉਣ ਵਾਲਾ ਤੇ ਤੇਲ ਇੰਨਾ ਪਾ ਦੇਣਾ ਕਿ ਅਚਾਰ ਵਿੱਚ ਜਿਹੜਾ ਆ ਡੁੱਬ ਜਾਵੇ ਫਿਰ ਆਪਣਾ ਅਚਾਰ ਕਦੇ ਵੀ ਖਰਾਬ ਨਹੀਂ ਹੁੰਦਾਗਾ ਤੇ ਚਲੋ ਜੀ ਅੱਜ ਦੇ ਆਪਾਂ ਵੀਡੀਓ ਦਾ ਐਂਡ ਕਰ ਰਹੇ ਆ ਰੈਸਪੀ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਚ ਰਹੋ ਜੀ ਸਭ